ਹੋਇਆ ਤੁਸੀਂ ਕੀ ਸੁਣਿਆ ਇੱਧਰ ਹੈਗੇ ਸੀ ਕਿ ਤੁਸੀਂ ਵੀ ਆਪਣੇ ਘਰ ਸੀ? ਹਾਂਜੀ ਮੈਂ ਵੀ ਆਪਣੇ ਘਰ ਗਈ ਸੀ। ਅੱਛਾ ਕਿੰਨੇ ਵਜੇ ਪਹੁੰਚੇ ਹੋ ਇੱਧਰ? ਸ਼ਾਮ ਨੂੰ 5 ਵਜੇ। ਕਿੰਨੇ ਬੱਚੇ ਬਾਜੀ ਤੁਹਾਡੇ? 3 ਬੇਟੀਆਂ ਤੇ 2 ਬੇਟੇ। ਇਹ ਛੋਟੀ ਸਭ ਤੋਂ ਵੱਡੀ ਬੇਟੀ ਤੋਂ ਛੋਟੀ ਬੇਟੀ ਹੈ। ਅੱਛਾ ਅੱਛਾ ਦਰਮਿਆਨ ਵਾਲੀ। ਹਾਂਜੀ ਵੱਡੀ ਬੇਟੀ ਦਾ ਨਾਮ ਮੈਂ ਹੈ ਕੋ ਫਾਤਮਾ ਹੈ, ਛੋਟੀ ਭੈਣ ਜਿਹੜੀ ਗੁੰਮ ਹੋਈ ਇਸਕਾ ਨਾਮ ਮਾਨ ਫਾਤਮਾ ਹੈ, ਇੱਕ ਨਾਮ ਫਲਕ ਫਾਤਮਾ ਹੈ, 2 ਬੇਟਿਆਂ ਦਾ ਨਾਮ ਮੁਹੰਮਦ ਸਮਾਨ ਹੈ, ਇੱਕ ਦਾ ਬੇਟੇ ਦਾ ਨਾਮ ਮੁਹੰਮਦ ਰਿਹਾਨ ਹੈ। ਇਹ ਤੁਸੀਂ ਆਪਣੀ ਵਾਲਦਾ ਨੂੰ ਬੱਚੀ ਮਤਲਬ ਇੱਥੇ ਦਿੱਤੀ ਹੋਈ ਹੈ? ਹਾਂਜੀ 6-7 ਮਹੀਨੇ ਹੋ ਗਏ ਮੇਰੀ ਬੇਟੀ ਇੱਧਰ ਰਹਿੰਦੀ ਪਈ ਸੀ। ਇੱਕ ਛੋਟੀ ਸਿਸਟਰ ਦੇ ਸੇ ਸ਼ਾਦੀ ਕਰ ਦਿੱਤੀ ਸੀ। ਸਹੀ। ਤੇ ਮੇਰੀ ਅੰਮੀ ਕਹਿੰਦੀ ਮੈਂ ਇਕੱਲੀ ਰਹਿਣੀ ਪਈ ਗਈ ਹਾਂ, ਤੁਸੀਂ ਮੈਨੂੰ ਕਦੇ ਧੀ ਦੇ ਦੋਗੇ? ਦੱਸਿਆ ਕਿ ਚਲ ਦੇ ਦਿਨ ਉੱਧਰ ਵੀ ਰਹਿਣਾ ਤੇ ਇੱਧਰ ਵੀ ਰਹਿਣਾ ਉਹਨੇ, ਤੇ ਅਸੀਂ ਦੇ ਦਿੱਤੀ ਉਹਦੇ ਕੋਲ। ਉਹਨਾਂ ਤਬੀਅਤ ਨਹੀਂ ਠੀਕ ਰਹਿੰਦੀ ਸੀ ਮੇਰੀ ਅੰਮੀ ਦੀ, ਤੇ ਅਸੀਂ ਇਸ ਵਜ੍ਹਾ ਤੋਂ ਦਿੱਤੀ ਚਲੀ ਗਈ ਸੀ, ਤੇ ਉਹ ਗੁੰਮ ਹੋ ਗਈ ਤੇ ਕੋਈ ਪਤਾ ਨੀ ਲੱਗਦਾ ਪਿਆ ਹੈਗਾ। ਬੇਟੀ ਨੀ ਮਿਲਦੀ ਪੀ ਗਈ ਮੈਨੂੰ, ਅੱਜ ਕਿੰਨੇ ਦਿਨ ਹੋ ਗਏ ਰਿਤੇ ਆਇਆ ਨੂੰ, ਸਾਨੂੰ ਮੇਰੀ ਬੇਟੀ ਮਾਨ ਫਾਤਮਾ ਲੱਭ ਜਾਵੇ ਮੈਨੂੰ। ਮੈਂ ਇਹ ਕਹਿਣਾ ਚਾਹਤੀ ਜਲਦ ਤੋਂ ਜਲਦ ਮੇਰੀ ਮਾਨ ਮੈਨੂੰ ਮਿਲ ਜਾਵੇ, ਮੈਂ ਤੁਹਾਡੀ ਪਰੇਸ਼ਾਨ ਹੋਣੀ ਹਾਂ, ਲਾ ਸੋਹਣੇ ਕਿਤੇ ਵਿੱਚ ਢੋਲਾ ਦੇਵੀ, ਪਰ ਕੋਈ ਵੀ ਨੀ ਕੋਈ ਦੱਸਦਾ ਹੈਗਾ ਮੇਰੀ ਮਾਂ। ਮੈਂ ਤੇਰਾ ਵਾਂਝ ਫੁੱਲ ਵਸਾ ਦੇਵਾਂ ਦੇ ਵਾਸਤੇ, ਮੇਰੀ ਮਾਂ ਕਿਤੋਂ ਨਜ਼ਰ ਮੈਨੂੰ ਆ ਜਾਵੇ, ਪਰ ਕੋਈ ਵੀ ਨੀ ਕਿਤੋਂ ਨਜ਼ਰ ਆਉਂਦੀਗੀ। ਅੱਲਾ ਪਾਕ ਬਿਹਤਰੀ ਕਰੇਗਾ। ਉਹ ਕਿਹੜਾ ਦਿਨ ਹੋਵੇਗਾ ਕਿਤਰੋਂ ਮੇਰੀ ਧੀ ਮੈਨੂੰ ਦੱਸੇਗੀ, ਭੱਜਦੀ ਆਵੇਗੀ ਮਾਮਾ ਮੈਂ ਆ ਗਈ ਹਾਂ, ਕੋਈ ਪਰ ਨੀ ਨਜ਼ਰ ਆਉਂਦੀਗੀ। ਸੁਬਹ ਦਿਨ ਚੜ੍ਹਦਾ ਮੈਂ ਦਰਵਾਜ਼ੇ ਖਲੋਤੀ ਰਹਿੰਦੀ ਹਾਂ ਸਾਰੀ ਦਿਹਾੜੀ, ਰਾਵਾਂ ਦੀਆਂ ਤੱਕਦੀ ਰਹਿੰਦੀ ਹਾਂ ਉਹਦੀ ਧੀ ਦੀਆਂ, ਪਰ ਮਾਂ ਦੀ ਦਿਲ ਦੀਆਂ ਦੁਆਵਾਂ ਨੀ ਪੂਰੀਆਂ ਹੁੰਦੀਆਂ, ਕਿਸੇ ਪਾਸੋਂ ਨਜ਼ਰ ਨੀ ਮਾਂ ਆਉਂਦੀ ਪੀਗੀ ਮੈਨੂੰ। ਮੈਂ ਨਾ ਰਾਤ ਨੂੰ ਨਾ ਮਾਂ ਸੁਣ ਮੈਂ ਸੋਨੀ ਆ, ਨਾ ਦਿਨ ਨੂੰ ਵੇਰ ਦੇ ਬੈਠੀਆਂ ਮੰਜੀ ਤੇ ਸਾਰੇ ਦਿਨ ਗਲੀਆਂ ਚ ਖਲੋਰਨੀ ਆਂ। ناظرین اگواہ ہونے والی 7 سالہ ایمان فاطمہ کی نانی اور خالہ ہمارے ساتھ موجود ہیں، انہی سے جانتے ہیں کہ کس طرح سے ایمان فاطمہ جو ان کی آنکھوں سے اچانک سے غائب ہوئی اور اس کے بعد اب تک 7 روز گزر گئے، وہ بچی کا سراغ بھی نہیں مل سکا۔ بڑا ہی افسوس ناک واقعہ ہے۔ اللہ پاک جلد از جلد تاری پریشانی نو حل کرے، بچی تاری مل جائے۔ ਮਾਂ ਜੀ ਉਸ ਦਿਨ ਤੁਸੀਂ ਹੀ ਘਰ ਚ ਸੀ, ਤੁਹਾਡੇ ਕੋਈ ਬੱਚੀ ਰਹਿੰਦੀ ਸੀ, ਕੀ ਹੋਇਆ ਸਭ ਕੁਝ? ਹਾਂ ਜੀ ਮੇਰੇ ਕੋਲ ਰਹਿੰਦੀ ਸੀ, ਮੈਂ ਉਹਨਾਂ ਦੀ ਨਾਨੀ ਆ, ਮੇਰੇ ਕੋਲ ਮਾਨ ਫਾਤਮਾ ਰਹਿੰਦੀ ਸੀ। ਮੈਂ ਉਹਨੂੰ ਵੇਖਿਆ ਬਾਹਰ ਇੱਥੇ ਜਾਂਦੀ ਪਈ ਨੂੰ ਸਾਹਮਣੇ, ਮੈਂ ਆਵਾਜ਼ਾਂ 1-2 ਦਿੱਤੀਆਂ ਨੇ, ਮਾਨ ਫਾਤਮਾ ਮਾਨ ਫਾਤਮਾ। ਉਹਨੇ ਮੇਰੇ ਲਈ ਮੈਨੂੰ ਪਿੱਛਾ ਪਾ ਕੇ ਵੇਖਿਆ, ਇੱਥੇ ਨਜ਼ਦੀਕ ਉਹਨਾਂ ਦਾ ਘਰ ਹੈ, ਉਹਨਾਂ ਦੀ ਚੋਰੀ ਹੋਈ ਸੀ। ਮੈਂ ਉਧਰ ਗਈ ਚਲੀ, ਮੈਨੂੰ ਅੰਦਰ ਕੋਈ ਏਡਾ ਟਾਈਮ ਲੱਗ ਗਿਆ, ਉਹ ਘਰ ਨਹੀਂ ਸੀ ਇੰਨੀ ਜਿੰਨਾ ਦੀ ਚੋਰੀ ਹੋਈ। ਅੱਛਾ। ਉੱਥੇ ਮੈਂ ਬੈਠੀ ਰਹੀ, ਉਹ ਆਈ ਤੇ ਫਿਰ ਮੈਂ ਉਹਦੇ ਨਾਲ ਮਹਿਸੂਸ ਕਰਕੇ ਤੇ ਫਿਰ ਮਗਰੋਂ ਮੇਰਾ ਬੇਟਾ ਗਿਆ, ਚਲਾ ਮੀ ਘਰ ਆ ਮਾਂ ਆਏ ਦਿਨ। ਮੈਂ ਫਿਰ ਉਹਨਾਂ ਦੇ ਬੇਟੇ ਦੇ ਸਾਥ ਆਈ, ਉਸ ਤੋਂ ਬਾਅਦ ਮੇਰੀ ਬੇਟੀ ਨੇ ਆਣ ਕੇ ਤੇ ਚਾਹ ਧਰੀ ਸੀ ਉਹਦੇ ਲਈ, ਉਹਨਾਂ ਤੋਂ ਮਹਿਮਾਨਾਂ ਲਈ। ਮੈਂ ਉਹਨਾਂ ਨੂੰ ਫੜਾਈ, ਉਹਨਾਂ ਦੇ ਕੋਲ ਮੈਂ ਬੈਠੀ ਰਹੀ, ਉਹ ਗਏ ਚਲੇ। ਫਿਰ ਮੈਂ ਮਾਂ ਦਾ ਪਤਾ ਕੀਤਾ, ਇੱਥੋਂ ਮਹੱਲੇ 'ਚ ਨਹੀਂ ਮਾਂ ਲੱਭੀ। ਇੱਕ ਪਹਿਲੇ ਵੀ ਇੰਝ ਹੋਈ ਜਾਂਦਾ ਸੀ ਕਿ ਬੱਚੀ ਨਹੀਂ ਮਿਲਦੀ ਸੀ, ਇੱਧਰ ਉੱਧਰ ਚਲੀ ਜਾਂਦੀ ਸੀ। ਉਦੋਂ ਨਹੀਂ ਹੈਗੀ ਸੀ, ਜਦੋਂ ਮੈਂ ਫਿਰ ਵੇਖਿਆ 2-3 ਘਰਾਂ 'ਚੋਂ ਪੁੱਛਿਆ। ਮੇਰੀ ਧੀ 7 ਸਾਲ ਦੀ ਹੈ, ਸਾਨੂੰ ਵੀ ਅੱਜ 5 ਦਿਨ ਹੋ ਗਏ ਨੇ, ਸਵੇਰੇ 6ਵਾਂ ਦਿਨ ਹੋ ਜਾਣਾ, ਮੇਰੀ ਬੇਟੀ ਵੀ ਨਹੀਂ ਮਿਲਦੀ ਪਈ। ਮੇਰੇ ਨਾਲ ਮਾਨ ਫਾਤਮਾ ਬਹੁਤ ਪਿਆਰ ਕਰਦੀ ਸੀ, ਮੈਂ ਨਾ ਉਹਦੇ ਤੋਂ ਬਗੈਰ ਰਹਿੰਦੀ ਸਾਂ, ਨਾ ਮੇਰੇ ਤੋਂ ਬਗੈਰ ਰਹਿੰਦੀ ਸੀ। ਮੈਂ ਆਖਿਆ ਮਾਨ ਫਾਤਮਾ ਮੈਨੂੰ ਦੇ ਦਿਓ ਉਹਦੇ ਭਤੀਜੇ ਨੂੰ। ਮੈਂ ਆਖਿਆ ਮੈਂ ਬੇਟੀ ਦੀ ਸ਼ਾਦੀ ਕਰ ਦਿੱਤੀ ਸੀ ਤਾਂ ਮੈਂ ਉਹਦੇ ਕੋਲ ਰੱਖ ਲਿਆ ਸੀ, ਮੈਨੂੰ ਇਹ ਪਤਾ ਹੁੰਦਾ ਮੈਂ ਨਾ ਮਾਨ ਫਾਤਮਾ ਲੈਂਦੀ। ਹੁਣ ਅਸੀਂ ਕੀ ਕਰੀਏ, ਸਾਡੀ ਕੋਈ ਗੱਲ ਨਹੀਂ, ਕੋਈ ਸੁਣਦੇ ਪੈ ਗਏ, ਆਉਂਦੇ ਨੇ ਇੱਥੋਂ ਹੀ ਫੇਰਾ ਲਾ ਲੂ ਕੇ ਚਲੇ ਜਾਂਦੇ ਨੇ, ਸ਼ਪਹਿਣਾ ਵੀ ਆਉਂਦੀਆਂ ਨੇ, ਸਾਡੀ ਧੀ ਨਹੀਂ ਕੋਈ ਲਿਆ ਕੇ ਦਿੰਦਾ ਪਿਆਗਾ, ਕੋਈ ਮਤਲਬ ਹੈਲਪ ਨਹੀਂ ਕਰ ਰਿਹਾ, ਪੁਲਿਸ ਸੁਲਿਸ ਕੋਈ ਕੰਮ ਨਹੀਂ ਕਰ ਰਹੀ। ਹੁੰਦਾ ਪਿਆਗਾ ਸਾਡੇ ਤਾਂ ਦਿਲ ਨੂੰ ਤਾਂ ਸਕੂਨ ਮਿਲੇਗਾ, ਮੇਰੀ ਮਾਨ ਫਾਤਮਾ ਲਿਆ ਕੇ ਦੇ ਦੇਵੋ। ਅਸੀਂ ਹੁਣ ਕੀ ਕਰੀਏ, ਇੰਨੀ ਟੈਨਸ਼ਨ ਵਿੱਚ ਹੈਗੇ ਹਾਂ, ਮਾਨ ਫਾਤਮਾ ਮੇਰੀ ਲਿਆ ਦੇਵੋ। ਮੈਂ ਸਾਰੀ ਰਾਤ ਨਹੀਂ ਸੌਂਦੀ, ਮਾਨ ਫਾਤਮਾ ਮੇਰੀ ਨਹੀਂ ਮੈਨੂੰ ਮਿਲਦੀ ਪਈ, ਜਿੰਨਾ ਚਿਕਰ ਮਾਨ ਫਾਤਮਾ ਨਾ ਮਿਲੇਗੀ ਮੈਂ ਮਰ ਜਾਵਾਂਗੀ।
अल्लाह पाक आसानियां पैदा करे। मेरी धी स्कूल जाती सी, मैनू ऐनी सबूतर ध्यान नाल जाया कर। अरे सी अम्मी मैं केड़ी छोटी बच्ची हां ते मैनू एडी पकी पकानी है। जदों मेरी धी ने जाना मेरे पैरां नूं हथ ला के जाना, मेरी पारी ला के जाना, आखना अम्मी मैनू दुआ दे, मैं कहना पुत्तर जा तेनू अल्लाह दी रखा वो, मैं की करा हुण मेरी धी नहीं लभदी पई। मैं मर जावांगी मेरी मां नाल लंबी, मेरा दे नाल बहुत प्यार सी, ओह वी करदी सी प्यार, मेरा भी बहुत प्यार। कोई सियासी शख्सियत इत्थे तुहाडे को वोट ते लैण आंदे होणे आ, कोई आया कि तुहाडी बच्ची लब्भण च मदद करने आ, किसे ने कोई गलबात कीती? कोई नहीं आया सी, मेरी धी उत्थे खेडदी पई सी, अगे भी उत्थे खेडदी सी उहनां दे नाल ही। मैं आख्या भी चल खेडदी रहेगी, मैं उहने चिकर नूं उधरों हो के आ जांगी, आई आ ते उदों वी मैं वेख्या ते उत्थे कोणी सी हैगी। किसे बच्ची को नहीं पुछया किधर गई है बच्ची जेड़ा ना खेड रही सी? उहनां को नहीं पता ओह की कहंदे ने? ਆਂਦੀ ਨੂਰ ਫਾਤਮਾ ਦਾ ਨਾਂ ਹੈ, ਆਂਦੀ ਇੱਥੇ ਸਾਡੇ ਕੋਲ ਖੇਡਦੀ ਰਹੀ ਹੈ ਤੇ ਫਿਰ ਇਹਨੂੰ ਭੱਜ ਗਈ। ਮੈਂ ਕੀ ਕਰਾਂ, ਮੈਂ ਕੀ ਕਰਾਂ, ਮੇਰੀ ਧੀ ਮਰ ਜਾਵੇ ਮੈਨੂੰ, ਮੇਰੀ ਮਦਦ ਕਰੋ ਕੋਈ। ਕੋਈ ਨਹੀਂ ਮਦਦ ਮੁਸ਼ਾਹ ਕੀਤੀ ਹੈਗੀ, ਪੁਲਿਸ ਵਾਲਿਆਂ ਨੇ ਨਾਸ਼ ਪਹਿਣਾ ਨੇ, ਰੋਜ਼ ਹੀ ਆਣ ਕੇ ਤੇ ਹੋ ਕੇ ਚਲੇ ਜਾਂਦੇ ਨੇ। ਸਵੇਰੇ ਛੀਵਾਂ ਦਿਨ ਹੋ ਜਾਣਾ ਮੇਰੀ ਧੀ ਨੂੰ, ਅਸੀਂ ਇੱਥੇ ਘਰ ਪਰੇਸ਼ਾਨ ਆ, ਮੇਰੀ ਧੀ ਉੱਥੇ ਕੀ ਕਰਦੀ ਹੋਵੇਗੀ, ਕੀ ਨਹੀਂ ਕਰਦੀ ਹੋਵੇਗੀ। ਅਸੀਂ 1,00,000 ਰੁਪਇਆ ਨਾਮ ਦੇਵਾਂਗੇ ਮੇਰੀ ਧੀ ਨੂੰ, ਜਿਹੜਾ ਲੱਭ ਕੇ ਦੇ ਦੇਗਾ। ਮੇਰੇ ਪ੍ਰਭੂ ਵੀ ਪੁੱਤਰੋ ਮੇਰੀ ਧੀ ਲਿਆ ਦੇਵੋ। नाज़रीन ये खुद भी मतवस्तब के से ताल्लुक रखते हैं, मतलब ऐसा घराना है कि इन्होंने अगर कमाना है तो फिर ही बच्चों की परवरिश करनी है या खाना पीना है, खुद भी खाना खाना है, लेकिन वो अपनी बच्ची के लिए इस हद तक गमजदा है कि वो कहते हैं कि कोई भी इनकी बच्ची के बारे में अगर इतला देगा तो ये इसे जैसे मर्जी करके उसे 1,00,000 रुपया इनाम भी देंगे, ताकि उनके जिगर का टुकड़ा, उनके जिगर का गोशा, वो मासूम बच्ची जो इनसे जुदा हो चुकी है और 7 रोज गुजर चुके हैं और कानून उस तरह से हरकत में अभी तक नहीं आया। कानून किसी साने का इंतजार करता है, किसी बड़े हादसे का इंतजार करता है, कोई ऐसे वाकयात का इंतजार करता है, उसके बाद हरकत में आता है। अभी तक अगर कानून हरकत में आया होता, बच्ची के लापता या अगवा होने के 2 रोज बाद ही इस केस तक पहुंच जाना था पुलिस ने, लेकिन अफसोस की बात है कि 7 रोज गुजर चुके हैं और बच्ची का अभी तक कुछ नहीं पता चल सका। वो मासूम बच्ची है, जिस तरह से वालिदैन ने भी बताया, अब ये गमजदा नानी है जिसके पास वो बच्ची रहती थी, और ये माँ का भी किरदार निभा रही है क्योंकि बच्ची इन्होंने अपनी बेटी से ले रखी थी और अपने साथ ही रखती थी, बड़ा मोहब्बत था, लगाओ। और हम भी दुआगो हैं कि इनकी बच्ची मिले, लेकिन इसके लिए खास तौर पर कानून को हरकत में आना होगा, उस तरह से काम करना होगा ताकि ये मासूम बच्ची की बाजियाबी जो है वो मुमकिन हो सके। किना को मुतालबा करना चाहोगे? माजी के वजीर आजम है, चीफ जस्टिस साहब ने, और एक शख्सियत है, की कहना चाहोगे इन्होंने सारे? यही आखांगे ਅਸੀਂ ਧੀ ਆਪਦੀ ਤੋਂ ਬਗੈਰ ਨਹੀਂ ਰਹਿ ਸਕਦੇ, ਮੈਨੂੰ ਬੇਟੀ ਮੇਰੀ ਚਾਹੀਦੀ, ਕਿਵੇਂ ਤੋਂ ਕਿਵੇਂ ਜਲਦੀ ਤੋਂ ਜਲਦੀ ਮੇਰੀ ਧੀ ਪੈਦਾ ਮੈਨੂੰ ਕਰ ਦੇਵੋ, ਅਸੀਂ ਨਹੀਂ ਤਾਂ ਮਰ ਜਾਵਾਂਗੇ ਧੀ ਤੋਂ ਬਗੈਰ। ਮੇਰੀ ਧੀ ਬਹੁਤ ਸੋਹਣੀ ਸੀ, ਬਹੁਤ ਅੱਛੀ ਸੀ, ਉਹਦਾ ਮਾਸ਼ਾਅੱਲਾ ਉਹਦਾ ਜੀਨ ਵੀ ਬਹੁਤ ਸਕੂਲ ਲੋ ਸਹੀ ਸੀ, ਐਡੀ ਸੋਹਣੀ ਲਿਖਾਈ ਹੁੰਦੀ ਵੀ, ਉਹਦੀ ਮੈਡਮ ਆਈ ਉਹ ਵੀ ਕੋਈ ਰੋ ਰੋ ਕੇ ਗਈ ਮੇਰੀ ਧੀ ਪਾਰੋ। ਮੇਰੇ ਵੀਰੋ ਪੁੱਤਰੋ ਮੇਰੀ ਬੇਟੀ ਚਾਹੀਦੀ ਹੈ, ਮੈਨੂੰ ਲਿਆ ਕੇ ਦੇਵੋ, ਜਿਵੇਂ ਵੀ ਲਿਆ ਸਕਦੇ ਜੇ ਸਾਡੀ ਮਦਦ ਕਰੋ, ਤੁਹਾਡੀ ਮਿਹਰਬਾਨੀ ਸ਼ੁਕਰੀਆ ਅਦਾ ਕਰਾਂਗੇ ਅਸੀਂ, ਮੈਨੂੰ ਮਾਨ ਫਾਤਮਾ ਲਿਆ ਦੇਵੋ, ਅਸੀਂ ਤਾਨੇ ਸੁਬਾ ਹੀ ਸਾਨੂੰ ਲਿਆ ਦੇਵੋ, 1,00,000 ਰੁਪਇਆ ਨਾਮ ਦਿੱਤਾ ਜਾਏਗਾ ਮੇਰੀ ਬੇਟੀ ਪਰੋ, ਮੇਰੀ ਧੀ ਦੀ ਜਿਹੜੀ 10 ਜੇ ਕੁ ਪਾ ਦੇਗਾ, ਮਜਾਕ ਵੀ ਨਾ ਹੋਵੇ ਉੱਥੇ ਜਾ, ਸਾਨੂੰ ਚੁੱਪ ਕਰਕੇ ਮਸੀਤੇ ਹੀ ਪੜਾ ਜਾਣ, ਇੱਥੇ ਹੀ ਸਾਡੇ ਸਾਹਮਣੇ ਬੂਹੇ ਗਈ ਕਿਤੇ ਖਲਾਸ। ਪੁਲਿਸ ਆਤੀ ਹੈ ਬੈਠ ਕੇ ਚਲੀ ਜਾਤੀ ਹੈ, ਹਮੇ ਕੋਈ ਇਨਸਾਫ ਨਹੀਂ ਮਿਲ ਰਹਾ, ਜੈਸੇ ਵੀ ਹੋ ਸਕੇ ਹਮੇ ਹਮਾਰੀ ਮੇਰੀ ਬਾਜੀ ਮਿਲ ਜਾਏ, ਕਿਉਂਕਿ ਅੱਜ 5ਵਾਂ ਰੋਜ਼ ਹੋ ਗਿਆ ਹੈ,
लेकिन नहीं मिल रही। इसी तरह हमने कसूर का भी ये वाकया सुना था, लेकिन कसूर के इसी जिले से हरकतें हो रही है नन्ही कलियों के साथ। हमें आज इंसाफ मिलेगा तो आगे दूसरियों को भी इंसाफ मिलेगा, ये कब तक चलता रहेगा? और हुकूमत कोई भी एक्शन नहीं ले रही। ये इंसाफ होना चाहिए गरीबों के साथ, ऐसे नहीं होना चाहिए जैसे लोग काट रहे हैं ना दरिंदे, इनको कलियां ही छोटी छोटी मिल रही है। कुछ तो सोचे ना, पुलिस भी आती है बैठ के चली जाती है, कहती कोई सुराग दे, अगर हमारे पास कोई सुराग हो तो हम खुद ही पहुंच जाए। बिल्कुल ऐसे ही। आपको कोई मतलब इसके बारे में क्या इलम के कौन ले गया, कहाँ पे चली गई बच्ची, किसी पे शक भी? हमें तो सब पे शक है, इस वक्त हमारे लिए सब ही चोर है, अपने भी चोर है और अजनबी भी चोर है, मोहल्ले वाले भी चोर है। क्योंकि इतवार का दिन था, सारे बच्चे थे, गलियों में इतना रश होता था, सिर्फ हमारी बच्ची गुम होनी थी। हमें इंसाफ चाहिए क्योंकि हमारे लिए इस वक्त सब ही चोर है, तो हमें इंसाफ चाहिए, तो हर सूरत इंसाफ चाहिए जो भी हो सकता है। अभी तक जो काम हो रहा है जिस तरह से पुलिस वर्क कर रही है उससे मुतमईन है आप? नहीं, हमें जब हमारी बच्ची नहीं मिली तो हम कैसे मुतमईन हो? मुतमईन तो तब होना कि हमारी बच्ची हमारे घर आ जाए, लेकिन नहीं, पुलिस आती बैठ के चली जाती, चक्कर लगा के सिर्फ मोहल्ले में बैठ के चली जाती, आगे पीछे नहीं जा रही, हमसे ही सुराग मांग रही है, हम कहाँ से सुराग दें? अगर हमारे पास सुराग हो तो हम खुद ही चले जाए। पहले भी यहाँ पे वाकया हुआ, एक बच्ची आपकी वालदा बता रही थी, लेकिन अभी तक उसका भी कोई सुराग नहीं मिला। तो ये अच्छी बात नहीं है कि ऐसे हरकतें होती है, सिर्फ बच्चियों के साथ ही ये हो रहा है। क्या बच्चियों का गुनाह क्या है, छोटी मासूम बच्चियों का? अगर किसी ने दुश्मनी निभानी है तो सामने हमारे आए, बच्चों का क्या गुनाह? वो तो घर से बाहर भी नहीं फालतू जाती थी, इतवार वाला दिन था, बाहर 2-3 मिनट के लिए खेलने निकली, चीज लेने के लिए, उस वक्त तक नहीं, अभी तक नहीं है, 5 रोज हो गए। आप उस वक्त घर में ही थी? जी मैं घर पे ही थी। तलाश किया सारा वो की तलाश, लेकिन कुछ भी नहीं हुआ, पुलिस भी कुछ भी नहीं कर रही, बैठ के चली जाती है तो क्या फायदा फिर?